ਕਿ ਡਿਜ਼ਾਈਨ ਇੱਥੇ ਬੜੇ ਨੇ ਕਿਵੇਂ ਸਾਰੇ ਇੱਥੇ ਮਤਲਬ ਹਰ ਇੱਕ ਤਰ੍ਹਾਂ ਦੇ ਪਤੰਗ ਵੇਖਣ ਨੂੰ ਮਿਲਦੇ ਨੇ ਬਹੁਤ ਵਧੀਆ ਲੱਗਣੇ ਨੇ ਜਿੱਦਾਂ ਕੈਨੇਡਾ ਦਾ ਹੋ ਗਿਆ ਅਮਰੀਕਾ ਦਾ ਹੋ ਗਿਆ ਮਤਲਬ ਆਪਣੇ ਕਲਾ ਮੋਰਚੇ ਦੇ ਥੋੜ੍ਹੇ ਇਹੋ ਜਿਹੀ ਚੀਜ਼ਾਂ ਨਹੀਂ ਹੈਗੀਆਂ ਆਪਾਂ ਚੇਚੇ ਇੱਥੇ ਇਸੇ ਕਰਕੇ ਆਏ ਵੀ ਵਧੀਆ ਵਧੀਆ ਪਤੰਗ ਲੈ ਕੇ ਜੀ ਕੀ ਖਾਸ ਕੀ ਇੱਕ ਮਨ 'ਚ ਫੋਕਸ ਲੈ ਕੇ ਆਏ ਕਿਉਂਕਿ ਪਿਛਲੀ ਵਾਰ ਕਿਸਾਨੀ ਦੀ ਵੀ ਬਹੁਤ ਹਾਂਜੀ ਹਾਂਜੀ ਸਰ ਕਲਾ ਮੋਰਚ ਕਿਸਾਨੀ ਵਾਲਾ ਕੋਈ ਨਹੀਂ ਪਤੰਗ ਇੱਦਾਂ ਦਾ ਮਿਲ ਰਿਹਾ ਜਿਹੜਾ ਇੱਥੇ ਸਾਨੂੰ ਸਭ ਕੁਝ ਮਿਲ ਰਿਹਾ ਅਸੀਂ ਉਹ ਵੀ ਲੈ ਕੇ ਜਾਵਾਂਗੇ ਚੇਚੇ ਇਸੇ ਕਰਕੇ ਆਏ ਮਤਲਬ ਇੱਕ ਮੈਸੇਜ ਆ ਕਿ ਹਾਂਜੀ ਹਾਂਜੀ ਮੈਸੇਜ ਆ ਵੀ ਬਹੁਤ ਵਧੀਆ ਜੀ ਲੱਗਾ ਇੱਥੇ ਆਉਣ ਕੇ ਪਤੰਗਾਂ ਲੈ ਕੇ ਚੱਲੀਏ ਹੁਣ ਬਸ ਇਕਬਾਲ ਸਿੰਘ ਵੇਖੋ ਜੀ ਪਿਛਲੀ ਵਾਰੀ ਤਾਂ ਕਿਸਾਨੀ ਕਰਕੇ ਵੀ ਬਹੁਤ ਰੋਸ ਸੀ ਹੈ ਨਾ ਅਤੇ ਐਰਕਾਂ ਦੇ ਚਲੋ ਬਾਬੇ ਦੀ ਮਿਹਰ ਹੀ ਆ ਅਤੇ ਉਹਦੇ ਕਰਕੇ ਹੁਣ ਵੀ ਗੁੱਡੀ ਜਿਹੜੀ ਆ ਇੱਥੇ ਗੁੱਡੀਆਂ ਬਹੁਤ ਸੋਹਣੀਆਂ ਵਾ ਨਾ ਕਿਸਾਨੀ ਜਿੰਦਾਬਾਦ ਵਾਲੀ ਗੁੱਡੀ ਵਧਾਉ ਹਾਂਜੀ ਹਾਂਜੀ ਅਤੇ ਸਾਡੇ ਕਾਲਾ ਨੋਰ 'ਚ ਵੀ ਗੁੱਡੀ ਘੱਟ ਮਿਲਦੀ ਆ ਹਾਂਜੀ ਹਾਂਜੀ ਸਪੈਸ਼ਲ ਸਾਨੂੰ ਬਹੁਤ ਸ਼ੌਂਕ ਸ਼ੁਰੂ ਤੋਂ ਸ਼ੌਂਕ ਸਾਨੂੰ ਅਸੀਂ ਹਮੇਸ਼ਾ ਇੱਥੇ ਆਉਂਦੇ ਗੁੱਡੀਆਂ ਲੈਣੇ ਨਾ ਕੋਲ ਹੀ ਅਤੇ ਇਹਨਾਂ ਦੀਆਂ ਗੁੱਡੀਆਂ ਵਧੀਆ ਹੁੰਦੀਆਂ ਨੇ ਅੱਛਾ ਮੈਨੂੰ ਇਹ ਦੱਸੋ ਕਿ ਤੁਹਾਡਾ ਫੋਕਸ ਕੀ ਰਿਹਾ ਕਿ ਕਿਹੜੀ ਲਈ ਹੈ ਪਤੰਗ ਝੰਡੇ ਵਾਲੀ ਕਿਸਾਨੀ ਦੇ ਸਲੋਗਨ ਵਾਲੀ ਜਾਂ ਕਰੋਨਾ ਵਾਲੀ ਕੀ ਕਿਹੜੀ ਲੈ ਕੇ ਅਸੀਂ ਸਾੜੀਆਂ ਲਗਭਗ ਲਈਆਂ ਨੇ ਕਿਸਾਨੀ ਵਾਲੀ ਵੀ ਲਈਆਂ ਨੇ ਅਸੀਂ ਸਿੱਖੇ ਰੱਖੀਆਂ ਨੇ ਇੱਕ ਦੋ ਲਈਆਂ ਨੇ ਫਲੈਗ ਲਏ ਨੇ ਝੰਡੇ ਕਨੇਡਾ ਦੇ ਲਏ ਨੇ ਆਸਟ੍ਰੇਲੀਆ ਦੇ ਲਏ ਨੇ ਬਾਕੀ ਕਾਫੀ ਲਈਆਂ ਨੇ ਅੱਧੀਆਂ ਗੱਡੀ 'ਚ ਪਈਆਂ ਨੇ ਸਾਡੀਆਂ ਪਤੰਗਾਂ ਅਜੇ ਬਾਕੀ ਹੋਰ ਆਪਾਂ ਲੈਣ ਨਹੀਂ ਅਜੇ ਪਸੰਦ ਕਰਦੇ ਪਏ ਹਾਂ ਝੰਡੇ ਹੀ ਕਿਉਂ ਮਤਲਬ ਬਾਹਰ ਜਾਣ ਦਾ ਕਰੇਜ਼ ਹਾਂਜੀ ਹਾਂਜੀ ਬਾਹਰ ਜਾਣ ਦਾ ਕਰੇਜ਼ ਆ ਮੈਂ ਫਾਈਲ ਲਾਈ ਹੋਈ ਆ ਕੈਨੇਡਾ ਦੀ ਇਸ ਕਰਕੇ ਸਰ ਬੜਾ ਅੱਛਾ ਮਾਹੌਲ ਚੱਲ ਰਿਹਾ ਜੀ ਇੱਕ ਕਿਸਾਨੀ ਜਿੱਤ ਕੇ ਆਏ ਨੇ ਉਹਦੇ ਕਰਕੇ ਬੜੀ ਖੁਸ਼ੀ ਮਨਾਉਂਦੇ ਨੇ ਕਿਉਂਕਿ ਲੋਹੜੀ ਦਾ ਇੱਕ ਇਹੋ ਜਿਹਾ ਤਿਉਹਾਰ ਹੈ ਜਿਹੜਾ ਹਰ ਬੰਦਾ ਕਹਿੰਦਾ ਕਿ ਮੈਂ ਮਨਾਉਣਾ ਇਹ ਅਲੱਗ ਅਲੱਗ ਰੰਗਾਂ ਦਾ ਤਿਉਹਾਰ ਹੈ ਹਰ ਡਿਜ਼ਾਈਨਾਂ ਦਾ ਤਿਉਹਾਰ ਹੈ ਮਤਲਬ ਗੁੱਡੀਆਂ 'ਚ ਡਿਜ਼ਾਈਨ ਇੰਨੇ ਆ ਦੇਖੋ ਅਸੀਂ ਆਪਣੀ ਦੁਕਾਨ 'ਚ ਤੁਸੀਂ ਨਜ਼ਰ ਮਾਰੋਗੇ ਇੰਨੀ ਕੁ ਡਿਸਪਲੇ ਲਗਾਈ ਦੀ ਹੈ ਲੋਕ ਸਾਡੇ ਅੰਦਰ ਆਉਂਦੇ ਨੇ ਸਭ ਤੋਂ ਪਹਿਲਾਂ ਆਪਣਾ ਮੋਬਾਈਲ ਕੱਢਦੇ ਨੇ ਉਹ 'ਚ ਵੀਡੀਓ ਬਣਾਉਂਦੇ ਨੇ ਕਿ ਇੰਨੇ ਡਿਜ਼ਾਈਨ ਵੀ ਗੁੱਡੀਆਂ 'ਚ ਹੁੰਦੇ ਨੇ ਤੁਸੀਂ ਇੱਕ ਵਾਰੀ ਸ਼ਾਰਟ ਘੁਮਾ ਕੇ ਦੇਖੋ ਕਿ ਇੰਨਾ ਡਿਜ਼ਾਈਨਿੰਗ ਹੀ ਟੰਗੀ ਦੀ ਆ ਲੋਕ ਬਹੁਤ ਖੁਸ਼ ਨੇ ਬੜਾ ਕਰੇਜ਼ ਆ ਲੋਕਾਂ 'ਚ ਮੈਂ ਦੇਖਦਾ ਪਿਆ ਕਿ ਕਈ ਤਰ੍ਹਾਂ ਦੇ ਵੱਖ ਵੱਖ ਸਰ ਵੇਖੋ ਕਿਸਾਨ ਦੀ ਗੁੱਡੀ ਦੀ ਬਹੁਤ ਮੰਗ ਆ ਕਿਉਂਕਿ ਕਿਸਾਨੀ ਇੱਕ ਜਿੱਤ ਕੇ ਆਏ ਪਿਛਲੇ ਸਾਲ ਵੀ ਸੀਗੀ ਡਿਮਾਂਡ ਪਰ ਉਦੋਂ ਟਾਈਮ ਬਹੁਤ ਘੱਟ ਸੀਗਾ ਲੋਹੜੀ ਦਾ ਤਿਉਹਾਰ ਸਿਰ 'ਤੇ ਸੀ ਜਦੋਂ ਅੰਦੋਲਨ ਸ਼ੁਰੂ ਹੋਇਆ ਸੀ ਇਸ ਵਾਰ ਕਿਸਾਨਾਂ ਦੇ ਤਿਉਹਾਰ ਦੀ ਬੜੀ ਮੰਗ ਆ ਫਿਰ ਅਸੀਂ ਕੁਝ ਸਪੈਸ਼ਲ ਗੁੱਡੀਆਂ ਬਣਾਈਆਂ ਜਿੱਦਾਂ ਕਰੋਨਾ ਨੂੰ ਭਜਾਉਣ ਵਾਸਤੇ ਗੋ ਕਰੋਨਾ ਮਾਸਕ ਕਰੋਨਾ ਲੋਕਾਂ ਨੂੰ ਕਰੇਜ਼ ਆਵੇ ਕਿ ਲੈ ਵੀ ਕਰੋਨਾ ਤੋਂ ਬਚਾਅ ਕਰਨਾ ਚੜ੍ਹਦੇ ਵੀ ਉੱਥੇ ਧਿਆਨ ਰਵੇ ਕਰੋਨਾ ਮਾਸਕ ਪਾਓ ਗੁੱਡੀ ਚੜ੍ਹਦੀ ਦੇਖ ਕੇ ਵੀ ਮਾਸਕ ਵੱਲ ਧਿਆਨ ਜਾਵੇ ਲੋਕਾਂ ਦਾ ਫਲੈਗਸ ਵੀ ਦੇਖੋ ਫਲੈਗ ਸਰ ਦੇਖੋ ਕੈਨੇਡਾ ਦਾ ਹੋ ਗਿਆ ਇੰਡੀਆ ਦਾ ਹੋ ਗਿਆ ਅਮਰੀਕਾ ਦਾ ਬੜੇ ਹਰ ਕੰਟਰੀ ਦੇ ਫਲੈਗਸ ਮੰਗਦੇ ਨੇ ਸਾਡੇ ਕੋਲ ਬਾਹਰੋਂ ਬੜੇ ਲੋਕ ਆਉਂਦੇ ਨੇ ਕਈ ਲੋਕ ਆ ਕਹਿੰਦੇ ਯਾਰ ਸਾਡੀ ਕੰਟਰੀ ਦਾ ਫਲੈਗ ਦਿਓ ਅਸੀਂ ਚੜ੍ਹਾ ਕੇ ਉੱਥੇ ਦੱਸੀਏ ਕਿ ਅਸੀਂ ਇੱਥੋਂ ਆਏ ਹਾਂ ਬਟ ਹਰ ਕੰਟਰੀ ਦਾ ਬਣਾਉਣਾ ਔਖਾ ਵਾ ਥੋੜ੍ਹਾ ਜਿਹਾ ਕੈਨੇਡਾ ਦਾ ਬਹੁਤ ਜ਼ਿਆਦਾ ਵਿਕਦਾ ਜੀ ਅਤੇ ਇੰਡੀਆ ਦਾ ਬਹੁਤ ਜ਼ਿਆਦਾ ਵਿਕਦਾ ਦੋ ਫਲੈਗ ਜਿਹਨਾਂ ਦੀ ਸੇਲ ਨਹੀਂ ਆ ਦੇਖੋ ਇਹਦੇ 'ਚ 3-3 ਫੁੱਟ 'ਚ ਵੀ ਤੁਹਾਨੂੰ ਦਿਖਾਵਾਂਗਾ ਕਿ ਇੰਡੀਆ ਦਾ ਫਲੈਗ ਦੀ ਡਿਮਾਂਡ ਬਹੁਤ ਜ਼ਿਆਦਾ 6-6 ਫੁੱਟ 'ਚ 8-8 ਫੁੱਟ 'ਚ ਇੰਡੀਆ ਦਾ ਫਲੈਗ ਚੱਲਦਾ ਆਪਣੀ ਸੋਚਣੀ ਹੈ ਕਿ ਦੋ ਦੁਕਾਨਾਂ ਖੋਲ ਲਓ ਇੱਕ 'ਚ ਇਕੱਲਾ ਝੰਡਾ ਲਗਾ ਲਓ ਅਤੇ ਇੱਕ 'ਚ ਰੰਗ ਬਿਰੰਗੇ ਗੁੱਡੀਆਂ ਲਗਾ ਲਓ ਤੁਸੀਂ ਪੈਸੇ ਝੰਡੇ ਵਾਲੇ ਬੰਨੇ ਜ਼ਿਆਦਾ ਵਰਤੋ ਕਿਵੇਂ ਦਾ ਲੱਗਦਾ ਪਿਆ ਕਿ ਇੱਕ ਹੁੰਦਾ ਕਿ ਜਿਵੇਂ ਹਰ ਸਾਲ ਕਿਸੇ ਵੇਲੇ ਕੋਈ ਤਿਉਹਾਰ ਨੂੰ ਮਹਿੰਗਾਈ ਦਾ ਵੀ ਇੱਕ ਮਾਰ ਸਰ ਮਹਿੰਗਾਈ ਦੀ ਮਾਰ ਇਸ ਤਿਉਹਾਰ 'ਚ ਵੀ ਹੈਗੀ ਹੈ ਦੇਖੋ ਪਤਾ ਕੀ ਹੈ ਚੀਜ਼ਾਂ ਮਹਿੰਗੀਆਂ ਹੋਣ ਕਰਕੇ ਕਾਰੀਗਰਾਂ ਦੇ ਰੇਟ ਥੋੜ੍ਹੇ ਵਧੇ ਆ ਕਿਉਂਕਿ ਇੱਕ ਪਤੰਗ ਹੀ ਇੱਕ ਇਹੋ ਜਿਹੀ ਆਈਟਮ ਰਹਿ ਗਈ ਹੈ ਜਿਹਦੇ 'ਚ ਮਸ਼ੀਨਰੀ ਨਹੀਂ ਹੈਗੀ ਇਹ ਹੱਥੀਂ ਕਾਰੀਗਰ ਨੂੰ ਬਣਾਉਣੀ ਪੈਂਦੀ ਹੈ ਉਹਦੀ ਮਾਰ ਉਹਨੂੰ ਵਿਚਾਰੇ ਨੂੰ ਪਈ ਹੈ ਕਿਉਂਕਿ 70 ਰੁਪਏ ਤੇਲ ਦੀ ਬੋਤਲ ਸੀ ਉਹ 200 ਰੁਪਏ ਦੀ ਵਿਕੀ 600 ਰੁਪਏ ਦਾ ਗਾਸੀ ਸਿਲੰਡਰ ਉਹ 1000 ਤੋਂ ਉੱਪਰ ਹੋ ਗਿਆ ਉਹਦੇ ਕਰਕੇ ਕਾਰੀਗਰਾਂ ਨੂੰ ਥੋੜ੍ਹਾ ਜਿਹਾ ਮਿਹਨਤਾਨਾ ਵਧਾਇਆ ਵਾ ਪਰ ਉਹ ਮਾਰਜਨਲ ਹੈ ਲੋਕਾਂ 'ਤੇ ਇੰਨਾ ਅਸਰ ਨਹੀਂ ਉਸ ਚੀਜ਼ ਦਾ ਪਿਆ ਉਹਦੇ ਕਰਕੇ ਇੰਨਾ ਇਫੈਕਟ ਨਹੀਂ ਹੈ ਇਸ ਚੀਜ਼ ਨੂੰ ਪਿਆ